ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ ਆ? ਅੱਜ ਸਵੇਰੇ ਸਵੇਰੇ ਨਹਾ ਕੇ ਮੈਂ ਆ ਗਈ ਕਿਚਨ 'ਚ ਨਾਸ਼ਤਾ ਬਣਾਉਣ, ਅਤੇ ਨਾਸ਼ਤਾ ਹੁਣ ਮੈਂ ਫਟਾਫਟ ਅੱਜ ਬਣਾਉਣਾ ਵਾਂ। ਉਹਦਾ ਕਾਰਨ ਵਾ ਕਿ ਅੱਜ ਜਾਣਾ ਵਾ ਥੋੜ੍ਹਾ ਸ਼ੋਪਿੰਗ ਕਰਨ, ਸੂਟਾਂ ਦੀ ਸ਼ੋਪਿੰਗ ਕਰਨ। ਤੁਹਾਨੂੰ ਪਤਾ ਵੈਸੇ ਵੀ ਜਦੋਂ ਕਿਤੇ ਜਾਣਾ ਹੋਵੇ ਤਾਂ ਉਦੋਂ ਕੰਮ ਦਾ ਜੋਸ਼ ਵੀ ਵੱਧ ਜਾਂਦਾ ਹੈ ਨਾ, ਅਤੇ ਜਦੋਂ ਪਤਾ ਹੋਵੇ ਪਿਆ ਸਾਰਾ ਦਿਨ ਘਰ ਰਹਿਣਾ ਤਾਂ ਹੌਲੀ ਹੌਲੀ ਲੱਗ ਰਹੀਦਾ ਵਾ। ਅਤੇ ਹੁਣ ਮੈਨੂੰ ਆਪੀ ਛੇਤੀ ਛੇਤੀ ਬਣਾ ਕੇ ਅਤੇ ਫਿਰ ਚੱਲੀਏ ਸੂਟ ਲੈਣ। ਅਤੇ ਵੈਸੇ 9 ਵੱਜ ਗਏ ਆ, ਹੈ ਨਾ, ਅਤੇ ਬਣਾਉਂਦਿਆਂ ਕਰਦਿਆਂ ਖਾਂਦਿਆਂ ਪੀਂਦਿਆਂ 11 ਆਰਾਮ ਨਾਲ ਵੱਜ ਜਾਣੇ ਆ। ਅਤੇ ਨਾਸ਼ਤਾ ਥੋੜ੍ਹਾ ਜਿਹਾ ਅੱਜ ਭਾੜਾ ਹੀ ਬਣਾਊਂਗੀ, ਲੱਗੀ ਆ ਮੈਂ ਆਲੂਆਂ ਦੇ ਪਰੌਂਠੇ ਬਣਾਉਣ, ਕਿਉਂਕਿ ਨਾਸ਼ਤਾ ਭਾੜਾ ਕੀਤਾ ਹੋਵੇ ਨਾ ਤਾਂ ਫਿਰ ਬਾਜ਼ਾਰ ਦੇ ਵਿੱਚ ਫਿਰ ਜੇ ਬੱਚੇ ਭੁੱਖ ਭੁੱਖ ਕੁਝ ਨਹੀਂ ਕਰਦੇ ਛੇਤੀ, ਹੈ ਨਾ। ਨਹੀਂ ਤਾਂ ਤੁਹਾਨੂੰ ਹੁਣ ਇਹਨਾਂ ਦੀਆਂ ਛੁੱਟੀਆਂ ਐਕਸਟੈਂਡ ਹੋ ਗਈਆਂ ਵਾ ਕਿ ਘਰ ਹੀ ਆ, ਅਤੇ ਜਦੋਂ ਸੁਣਦੇ ਆ ਵੀ ਚੱਲੇ ਆ ਸ਼ੋਪਿੰਗ ਕਰਨ ਬਾਜ਼ਾਰ, ਅਤੇ ਪਹਿਲੀਆਂ 'ਚ ਤਾਂ ਇਹ ਤਿਆਰ ਹੋ ਕੇ ਬਹਿ ਜਾਂਦੇ ਆ, ਅਤੇ ਮੈਂ ਕਹਿੰਦਾ ਨੂੰ ਐਂ ਰਜਾ ਰਜੂ ਕੇ ਲੈ ਕੇ ਜਾਂਦੀ ਹਾਂ, ਉੱਥੇ ਜਾ ਕੇ ਫਿਰ ਜ਼ਿਆਦਾ ਮੈਨੂੰ ਤੰਗ ਨਹੀਂ ਕਰਨਗੇ। ਅਤੇ ਇੰਨਾ ਫਿਰ ਤਾਂ ਸ਼ੋਪਿੰਗ ਸ਼ੋਪਿੰਗ ਹੋ ਜੂਗੀ, ਫਿਰ ਇਹਨਾਂ ਨੂੰ ਕੁਛ ਖਵਾ ਪਿਆ ਦਊਂਗੀ, ਖਾਧਿਓ ਬਗੈਰ ਤਾਂ ਤੁਹਾਨੂੰ ਪਤਾ ਇਹਨਾਂ ਨੇ ਆਉਣਾ ਨਹੀਂ ਗਾ। ਅਤੇ ਸੋ ਹੀ ਉਹ ਮੈਂ ਨਾ ਪਿਆਜ ਅਤੇ ਹਰੀ ਮਿਰਚ ਅਤੇ ਹੜਾ ਧਨੀਆ ਇਹਨਾਂ ਨੂੰ ਚੋਪਰ 'ਚ ਚੋਪ ਕਰਕੇ, ਅਤੇ ਇਹਦੇ ਵਿੱਚ ਆਲੂ ਪਹਿਲਾਂ ਤੋਂ ਉਬਾਲ ਕੇ ਰੱਖੇ ਹੋਏ ਸੀਗੇ ਉਹ ਮੈਂ ਪਾ ਦਿੱਤੇ ਆ, ਇਹਦੇ ਵਿੱਚੋਂ ਸਾਰੇ ਲੂਣ ਮਿਰਚ ਮਸਾਲੇ, ਜਿਸ ਤਰ੍ਹਾਂ ਕਿ ਹਲਦੀ ਨਹੀਂ ਸੱਚ ਪਾਈ, ਲਾਲ ਮਿਰਚ ਪਾਊਡਰ, ਧਨੀਆ ਪਾਊਡਰ, ਜੀਰਾ ਪਾਊਡਰ, ਅਤੇ ਇਹ ਸਾਰਾ ਕੁਛ ਪਾ ਕੇ ਥੋੜ੍ਹੀ ਅਜਵੈਣ ਹੁਣ ਹੱਥ ਪੈਰ ਕਰਕੇ ਉਹ ਵੀ ਪਾਉਣੀ ਆ, ਥੋੜ੍ਹੀ ਕਸੂਰੀ ਮੇਥੀ ਵੀ ਪਾਤੀ ਜਿਹਦੇ ਨਾਲ ਕਿ ਟੇਸਟ ਵਧੀਆ ਆਵੇ, ਹੁਣ ਆ ਥੋੜ੍ਹੀ ਜਿਹੀ ਅਜਵੈਣ ਪਾਤੀ ਬਸ। ਇਹ ਸਾਰੇ ਮਸਾਲਿਆਂ ਨੂੰ ਹੁਣ ਮਿਕਸ ਕਰਕੇ ਅਤੇ ਫਿਰ ਇਹਦੇ ਬਣਾ ਲੈਣੇ ਆ ਪਰੌਂਠੇ। ਅਤੇ ਵੈਸੇ ਵੀ ਤੁਹਾਨੂੰ ਪਤਾ ਕਈ ਦਿਨਾਂ ਦੀ ਧੁੱਪ ਤਾਂ ਨਿਕਲਣ ਡਈ ਨਹੀਂ ਗਈ, ਠੰਡ ਬੜੀ ਹੋਈ ਪਈ ਆ, ਪਰ ਫਿਰ ਜਿਹੜੇ ਕੰਮ ਕਰਨ ਵਾਲੇ ਉਹ ਤਾਂ ਕਰਨੇ ਹੀ ਪੈਂਦੇ, ਭਾਵੇਂ ਠੰਡ ਹੋਵੇ ਅਤੇ ਭਾਵੇਂ ਧੁੱਪ ਨਿਕਲੇ ਭਾਵੇਂ ਨਾ ਨਿਕਲੇ। ਅਤੇ ਉਹ ਹੀ ਮਿਕਸਚਰ ਬਣਾ ਕੇ ਹੁਣ ਮੈਂ ਤਿਆਰ ਕਰ ਲਿਆ, ਅਤੇ ਬਸ ਹੁਣ ਜੀ ਫਟਾਫਟ ਮੈਂ ਲੱਗੀ ਆ ਪਰੌਂਠੇ ਲਾਉਣ, ਪਰੌਂਠੇ ਲਾ ਕੇ ਅਤੇ ਫਿਰ ਹੋਣਾ ਵਾ ਤਿਆਰ, ਅਤੇ ਫਿਰ ਚੱਲਾਂਗੇ ਆਪਾਂ ਸ਼ੋਪਿੰਗ ਕਰਨ। ਬੜੇ ਸਿੰਪਲ ਤਰੀਕੇ ਦੇ ਨਾਲ ਬਸ ਆ ਰੋਟੀ ਨੂੰ ਵੇਲ ਕੇ ਇਹਦੇ ਵਿੱਚ ਪਾ ਦੇਣਾ ਵਾ ਸਟਫਿੰਗ, ਇਹਨੂੰ ਫਿਰ ਕਰਕੇ ਫੋਲਡ ਦੇ ਪਰੌਂਠੇ ਬਣਾ ਲੈਣੇ ਆ। ਸਾਰਿਆਂ ਨੂੰ ਪਤਾ ਵਾ ਹੈ ਨਾ ਘਰ ਸਾਡੇ, ਕਿਉਂਕਿ ਪੰਜਾਬੀਆਂ ਦੇ ਤਾਂ ਹਰ ਘਰ 'ਚ ਹੀ ਪਰੌਂਠੇ ਬਣਦੇ ਆ, ਅਤੇ ਆ ਸਿਆਲਾਂ ਦਾ ਸੀਜ਼ਨ ਹੀ ਆ, ਇਹ ਤੁਹਾਨੂੰ ਕਹਿ ਲਓ ਵਰਾਇਟੀ ਦੇ ਪਰੌਂਠੇ ਜਿੰਨੇ ਇਸ ਸੀਜ਼ਨ 'ਚ ਬਣਦੇ ਆ ਹੋਰ ਕਿਸੇ ਸੀਜ਼ਨ 'ਚ ਨਹੀਂ ਬਣਦੇ। ਕਦੀ ਆਲੂਆਂ ਦੇ ਬਣਾ ਲਓ, ਕਦੀ ਕਹਿੰਦੇ ਆ ਉਹਦੇ ਬਣਾ ਲਓ ਮੇਥੀ ਦੇ, ਹੈ ਨਾ, ਮੂਲੀਆਂ ਦੇ, ਗੋਭੀ ਦੇ, ਕਈ ਵਾਰ ਮਿਕਸ ਬਣਾ ਲਓ, ਅਤੇ ਇਹ ਵੈਸੇ ਫੀਲਿੰਗ ਵੀ ਹੁੰਦੇ ਆ, ਅਤੇ ਇਹ ਸਾਡੇ ਖਿਆਲ ਪੰਜਾਬੀਆਂ ਦਾ ਨੈਸ਼ਨਲ ਬ੍ਰੇਕਫਾਸਟ ਕਹਿ ਲਓ, ਹੈ ਨਾ, ਪਰੌਂਠੇ। ਇੱਕ ਤਾਂ ਆ ਠੰਡ ਨੇ ਮੱਤ ਮਾੜੀ ਪਈ ਆ, ਅੱਜ ਕਈ ਦਿਨ ਹੋ ਗਏ ਆ ਧੁੱਪ ਮਾਸਾ ਵੀ ਨਹੀਂ ਨਿਕਲਦੀ ਪਈ, ਧੁੱਪ ਨਿਕਲੀ ਹੋਵੇ ਨਾ ਤਾਂ ਫਿਰ ਵੇਖੋ ਕੰਮ ਕਰਨ ਨੂੰ ਵੀ ਵਧੀਆ ਲੱਗਦਾ ਵਾ, ਇਸ ਤਰ੍ਹਾਂ ਬੱਦਲ ਵਾਲੀ ਜੀ ਧੋਂਦੀ ਜੀ ਚੰਗਾ ਨਹੀਂ ਲੱਗਦਾ। ਅਤੇ ਸਵੇਰੇ ਜਦੋਂ ਉੱਠੀਦਾ ਵਾ ਨਾ, ਉੱਠੇ ਉੱਠ ਕਰਨਾ ਵੀ ਕੀ ਇੰਨੀ ਠੰਡ ਦੇ ਵਿੱਚ, ਬੱਚਿਆਂ ਦੀਆਂ ਵੀ ਹੁਣ ਛੁੱਟੀਆਂ ਚੱਲਣ ਡੀਆਂ ਵਾ, ਅਤੇ 7 ਵਜੇ ਵੀ ਐਂ ਲੱਗੂ ਜਿਸ ਤਰ੍ਹਾਂ ਵੀ ਹਾਲੇ 5 ਹੀ ਵੱਜਦੇ ਹੁੰਦੇ ਆ ਸਵੇਰ ਦੇ, ਅਤੇ ਫਿਰ ਨੋਰਮਲ ਰੂਟੀਨ ਸਟਾਰਟ ਹੁੰਦਿਆਂ ਤਾਂ ਤੁਹਾਨੂੰ ਪਤਾ 9 ਵੱਜ ਹੀ ਜਾਂਦੇ ਆ। ਅਤੇ ਚਲੋ ਇੰਨਾ ਵੀ ਸਵੇਰੇ ਸਵੇਰੇ ਨਹਾ ਧੋ ਲਈਦਾ, ਇਹ ਕੰਮ ਸਵੇਰੇ ਕਰ ਲਈਦਾ ਵਾ, ਉਹ ਤੋਂ ਬਾਅਦ ਫਿਰ ਬੱਚਿਆਂ ਦੀ ਛੁੱਟੀਆਂ ਵਾ ਅਤੇ ਉਹ ਲੇਟ ਹੀ ਉੱਠਦੇ ਆ, ਅਤੇ ਫਿਰ ਚਲੋ 10 ਕੁ ਵਜੇ ਨਾਲ ਆਰਾਮ ਦੇ ਨਾਲ, ਹੈ ਨਾ, ਉਹਨਾਂ ਨੂੰ ਨਾਸ਼ਤਾ ਨੁਸ਼ਤਾ ਬਣਾ ਕੇ ਦੇ ਕੇ ਅਤੇ ਫਿਰ ਆਪਣੇ ਕੰਮ ਕਰ ਲਈਦੇ ਆ। ਹੁਣ ਕੱਪੜੇ ਇੰਨੇ ਜੁੜੇ ਪਏ ਆ, ਹੁਣ ਧੋਣ ਨੂੰ ਧੋ ਲਵੇ ਬੰਦਾ ਪਰ ਸੁਕਾਵੇ ਕਿੱਥੇ, ਹੈ ਨਾ, ਇਹ ਵੀ ਪ੍ਰੋਬਲਮ, ਫਿਰ ਅੰਦਰ ਹੀ ਅੰਦਰ ਕਿੰਨਾ ਕੁ ਉਹਨਾਂ ਨੇ ਸੁੱਕਣਾ ਵਾ। ਅਤੇ ਉਡੀਕਣ ਡਈ ਆ ਵੀ ਧੁੱਪ ਥੋੜ੍ਹੀ ਬਹੁਤੀ ਲੱਗੇ ਅਤੇ ਥੋੜ੍ਹੇ ਕੱਪੜੇ ਕੁਪੜੇ ਧੋਈਏ ਕਰੀਏ। ਇਹ ਆ ਹੁਣ ਮੈਂ ਪਰੌਂਠੀ ਵੇ ਮੜੀ ਹੋ ਗਈ ਆ ਤਿਆਰ, ਬਸ ਦੋਵੇਂ ਪਾਸਿਆਂ ਤੋਂ ਲਾ ਲੂ ਕੇ ਘਿਓ, ਇਹ ਹੁਣ ਮੈਂ ਫਟਾਫਟ ਉਹਨੂੰ ਬੱਚਿਆਂ ਨੂੰ ਸਰਵ ਕਰ ਦਿੰਦੀ ਹਾਂ, ਆਪ ਵੀ ਖਾ ਕੇ ਅਤੇ ਫਿਰ ਅਸੀਂ ਚੱਲਦੇ ਹਾਂ।
ਆ ਹੁਣ ਜੀ ਆ ਗਏ ਅਸੀਂ ਬਾਜ਼ਾਰ ਅਤੇ ਪਹਿਲੀ ਦੁਕਾਨ 'ਚ ਲੱਗੀ ਹਾਂ ਮੈਂ ਵੜਨ। ਇਹ ਸ਼ੋਪਿੰਗ ਨਾ ਮੇਨਲੀ ਮੈਂ ਆਪਣੀ ਸਿਸਟਰ ਵਾਸਤੇ ਵੀ ਜ਼ਿਆਦਾਤਰ ਆਈ ਹਾਂ, ਕਿਉਂਕਿ ਨਾ ਉਹਨੇ ਮੈਨੂੰ ਕਿਹਾ ਸੀਗਾ ਵੀ ਸਰਦੀਆਂ ਦੇ ਕੁਛ ਸੂਟ ਮੈਨੂੰ ਲੈ ਕੇ ਦੇ, ਲੈਣ ਨੂੰ ਤਾਂ ਉਹ ਵੀ ਲੈ ਸਕਦੀ ਪਰ ਉਹ ਕਹਿੰਦੀ ਵੀ ਤੂੰ ਜਿਹੜੇ ਸੂਟ ਲੈਣੀ ਆ ਥੋੜ੍ਹੇ ਉਹਨੂੰ ਵਧੀਆ ਲੱਗਦੇ ਆ, ਵੀ ਤੇਰੇ ਕੱਪੜੇ ਸੋਹਣੇ ਲੱਗਦੇ ਮੈਨੂੰ, ਹੈ ਨਾ। ਅਤੇ ਚਲੋ ਕੋਈ ਗੱਲ ਨਹੀਂ, ਹੈ ਨਾ, ਉਹਦੀ ਚੋਇਸ ਵੀ ਵਧੀ, ਮੈਨੂੰ ਤਾਂ ਸਗੋਂ ਉਹਦੀ ਚੋਇਸ ਵਧੀਆ ਲੱਗਦੀ, ਉਹਨੂੰ ਮੇਰੀ ਲੱਗਦੀ ਆ। ਅਤੇ ਉਹੀ ਮੈਂ ਆਈ ਹਾਂ ਦੁਕਾਨ 'ਤੇ, ਤੁਹਾਨੂੰ ਕਹਿਣ ਡੀ ਹਾਂ ਵੀ ਸਰਦੀਆਂ ਦੇ ਖਾਸ ਸੂਟ, ਅਤੇ ਉਹ ਡਿਆ ਸੀ ਕੱਢ ਕੇ ਵਿਖਾਉਣ ਪਰ ਕਲਰ ਥੋੜ੍ਹੇ ਵਧੀਆ ਨਹੀਂ ਸੀ ਲੱਗਣ ਡੇ, ਉਹ ਲਾਈਟ ਜਿਹੇ ਕਲਰ ਦੇ ਰਿਹਾ ਸੀਗਾ। ਅਤੇ ਮੈਂ ਉਹਨੂੰ ਕਿਹਾ ਵੀ ਥੋੜ੍ਹੇ ਬ੍ਰਾਈਟ ਬ੍ਰਾਈਟ ਕਲਰ, ਹੈ ਨਾ, ਥੋੜ੍ਹੇ ਜਿਹੇ ਡਾਰਕ ਗੂੜੇ ਕਲਰ ਵਿਖਾ, ਅਤੇ ਉਹ ਫਿਰ ਉਹ ਫਿੱਕੇ ਜਿਹੇ ਕੱਢੀ ਜਾਵੇ। ਅਤੇ ਉਹਨੂੰ ਕਹਿਣ ਡਿਆ ਵੀ ਥੋੜ੍ਹੇ ਗੂੜੇ ਕਲਰਾਂ ਦੇ ਵਿੱਚ ਵਿਖਾ, ਕਿਉਂਕਿ ਸਰਦੀਆਂ 'ਚ ਗੂੜੇ ਕਲਰ ਸੋਹਣੇ ਲੱਗਦੇ। ਤਾਂ ਕਈ ਵਾਰ ਕਹਿਣ ਤੋਂ ਬਾਅਦ ਉਹਨੇ ਆ ਵੇਖੋ ਕੱਢ ਕੇ ਦਿੱਤੇ ਗੂੜੇ ਕਲਰ, ਅਤੇ ਸੋਹਣੇ ਲੱਗੇ। ਇਹਨਾਂ ਦੇ ਵਿੱਚੋਂ ਹੀ ਕੋਈ ਮੈਂ ਸਿਲੈਕਟ ਕਰੂੰਗੀ। ਅਤੇ ਆ ਵੇਖੋ ਸ਼ਨੀਲ ਦੇ ਵਿੱਚ, ਹੈ ਨਾ, ਜਿਹੜੇ ਅੱਜ ਕੱਲ੍ਹ ਆਏ ਆ, ਇਹ ਵੀ ਬਹੁਤ ਸੋਹਣੇ ਲੱਗਦੇ ਸੂਟ। ਅਤੇ ਵੇ ਨਹੀਂ ਇਹਨਾਂ ਦੇ ਵਿੱਚੋਂ ਕੋਈ ਸਿਲੈਕਟ ਕਰਦੀ ਹਾਂ ਮੈਂ। ਇੱਥੋਂ ਮੈਂ ਇੱਕ ਸੂਟ ਪਸੰਦ ਕਰਕੇ ਅਤੇ ਫਿਰ ਮੈਂ ਹੁਣ ਆ ਗਈ ਉਸ ਦੁਕਾਨ ਤੋਂ ਬਾਹਰ। ਹੁਣ ਚੱਲਦੇ ਹਾਂ ਦੂਜੀਆਂ ਦੁਕਾਨਾਂ ਵੀ ਵੇਖਦੇ ਹਾਂ, ਹੈ ਨਾ, ਉਹਨਾਂ ਕੋਲ ਕੀ ਸਟੱਫ ਆਇਆ ਵਾ। ਅਤੇ ਫਿਰ ਇਹ ਦੋ ਤਿੰਨ ਦੁਕਾਨਾਂ ਫਿਰ ਤੋੜ ਕੇ ਅਤੇ ਫਿਰ ਅਸੀਂ ਲੈਂਦੇ ਹਾਂ। ਤੁਹਾਨੂੰ ਪਤਾ ਸਾਨੂੰ ਜਨਾਨੀਆਂ ਨੂੰ ਕਿਹੜੇ ਇੱਕ ਦੁਕਾਨ ਤੁਸੀਂ ਦਿਖਾਉਂਦਾ ਵਾ, ਜਿਹਨਾਂ 'ਤੇ ਤਿੰਨ ਚਾਰ ਦੁਕਾਨਾਂ ਅਸੀਂ ਵੇਖ ਨਾ ਲਈਏ। ਅਤੇ ਉਹੀ ਮੈਂ ਆ ਗਈ ਹਾਂ ਦੂਜੀ ਦੁਕਾਨ 'ਤੇ। ਅਤੇ ਇੱਧਰ ਵੇਖੋ ਬਾਜ਼ਾਰ ਦੀ ਰੌਣਕ, ਹੈ ਨਾ, ਲੋਹੜੀ ਦਾ ਟਾਈਮ ਹੈ ਅਤੇ ਹੁਣ ਸਾਰੇ, ਹੈ ਨਾ, ਕੋਈ ਕੁਛ ਖਰੀਦਣ ਆਉਣ ਡਿਆ, ਕੋਈ ਕੁਛ। ਅਤੇ ਆ ਦੂਜੀ ਦੁਕਾਨ 'ਤੇ ਆ ਗਏ ਅਸੀਂ, ਅਤੇ ਹੁਣ ਦੂਜੀ ਦੁਕਾਨ 'ਤੇ ਆ ਗਏ ਸਾਂ। ਅਤੇ ਉਹਨਾਂ ਨੂੰ ਵੀ ਕਿਹਾ ਵੀ ਸਾਨੂੰ ਸਰਦੀਆਂ ਦੇ ਕੱਪੜੇ ਦਿਖਾਓ, ਉਹ ਲੱਗੇ ਸੀਗੇ ਦਿਖਾਉਣ। ਅਤੇ ਆਹ ਦੇਖੋ ਪਹਿਲਾ ਸੂਟ ਉਹਨਾਂ ਨੇ ਵਿਖਾਇਆ, ਮੇਨਲੀ ਵੂਲਨ 'ਚ ਹੀ ਡੇ ਹੀ ਵਿਖਾਉਣ। ਅਤੇ ਉਹ ਹੁਣ ਤਿੰਨ ਚਾਰ ਸੂਟ ਵਿਖਾਉਣਗੇ, ਫਿਰ ਉਹਦੇ ਵਿੱਚੋਂ ਸਿਲੈਕਟ ਕਰਾਂਗੇ ਅਸੀਂ। ਆਹ ਕਲਰ ਸੀਗਾ ਤੁਹਾਡਾ, ਮਰਜੈਂਟਾ ਦੇ ਨਾਲ ਮਿਲ ਜਾ ਜੁਲਦਾ, ਹੈ ਨਾ, ਪਿੰਕ ਵੀ ਨਹੀਂ ਕਹਿ ਸਕਦੇ ਇਹਨੂੰ ਅਸੀਂ। ਇੱਕ ਆਹ ਉਹਨਾਂ ਨੇ ਦਿਖਾਇਆ, ਅਤੇ ਹੁਣ ਆਹ ਰੈੱਡ ਦੇ ਵਿੱਚ ਦਿਖਾਉਣ ਡੇ ਸੀਗੇ। ਇਹ ਸੋਹਣਾ ਲੱਗਣ ਡਿਆ ਸੀ ਸੂਟ, ਉਹਨਾਂ ਦਾ ਕਲਰ ਵੇਖੋ ਪਿਆਰਾ ਜਿਹਾ ਕਲਰ ਹੈ। ਅਤੇ ਉਹ ਫਿਰ ਸਾਨੂੰ ਰੇਂਜ ਪੁੱਛਣ ਡੇ ਸੀ ਕਿੰਨੀ ਕੁ ਰੇਂਜ ਤੱਕ ਅਸੀਂ ਤੁਹਾਨੂੰ ਵਿਖਾਈਏ। ਮੋਸਟਲੀ ਵੂਲਨ 'ਚ ਹੀ ਡੇ ਸੀ। ਅਤੇ ਮੇਰੇ ਸਿਸਟਰ ਨੂੰ ਪਸੰਦ ਸੀਗੇ ਫੁੱਲਾਂ ਵਾਲੇ, ਤੋਂ ਕਹਿੰਦੀ ਸੀਗੀ ਵੀ ਫਲਾਵਰ ਵਾਲਾ ਪ੍ਰਿੰਟ ਇਹਨਾਂ ਨੂੰ ਉਹ ਵਿਖਾਉਣ ਵਾਸਤੇ। ਉਹੀ ਮੈਂ ਇਹਨਾਂ ਨੂੰ ਕਹਿਣ ਡੀ ਸਾਂ ਵੀ ਜੇ ਫੁੱਲਾਂ ਦੇ ਵਿੱਚ ਹੈ ਕਿ ਫਲਾਵਰ ਪ੍ਰਿੰਟ ਹੈਗਾ ਤਾਂ ਉਹ ਵਿਖਾ ਦਿਉ। ਅਤੇ ਤੁਹਾਨੂੰ ਪਤਾ ਹੀ ਹੈ ਵੀ ਸਰਦੀਆਂ ਦੇ ਸੂਟਾਂ 'ਚ ਵੈਰਾਇਟੀ ਤਾਂ ਉਨੀ ਜ਼ਿਆਦਾ ਮਿਲਦੀ ਹੈ ਨਹੀਂ ਗੀ, ਹੈ ਨਾ, ਜੋ ਸਾਨੂੰ, ਹੈ ਨਾ, ਗਰਮੀਆਂ ਦੇ ਸੂਟਾਂ ਦੇ ਵਿੱਚ ਬਹੁਤ ਵੈਰਾਇਟੀ ਹੁੰਦੀ ਹੈ, ਪਰ ਸਰਦੀਆਂ ਦੇ ਸੂਟਾਂ 'ਚ ਗਿਣੀ ਚੁਣੀ ਵੈਰਾਇਟੀ ਹੁੰਦੀ ਆ। ਉਹ ਫਲਾਵਰ ਵਾਲੇ ਡੇ ਸੀ ਕੱਢ ਕੇ ਵਿਖਾਉਣ, ਅਤੇ ਉਹਦੇ ਵਿੱਚ ਆਉਂਦੇ ਸੀ ਵੀ ਆਹ ਦੋ ਤਿੰਨ ਕਲਰ ਹੈਗੇ ਤੁਸੀਂ ਪਸੰਦ ਕਰ ਲਓ, ਉਹੀ ਡੇ ਸਾ ਦੇਖਣ।
ਉਹ ਮੈਂ ਆਪਣੀ ਸਿਸਟਰ ਨੂੰ ਵੀਡੀਓ ਕਾਲ ਲਾਈ ਸੀ ਕਿਉਂਕਿ ਉਹਦੀ ਪਸੰਦ ਵੀ ਮੈਟਰ ਕਰਦੀ ਨਾ, ਕਿਉਂਕਿ ਸੂਟ ਉਹਨੇ ਲੈਣੇ ਆ ਨਾ, ਉਹਦੇ ਵਾਸਤੇ ਲੈਣੇ ਆ, ਅਤੇ ਉਹੀ ਉਹਨੂੰ ਮੈਂ ਪਸੰਦ ਕਰਵਾਉਣ ਡਈ ਸੀ, ਅਤੇ ਉਹ ਕਹਿਣ ਡੇ ਸੀਗੇ ਵੀ ਵੱਡੇ ਫੁੱਲਾਂ ਵਾਲਾ ਨਹੀਂ ਹੈਗਾ, ਵੱਡੇ ਫੁੱਲਾਂ ਵਾਲੇ ਉਹਨਾਂ ਨੇ ਕੱਢ ਕੇ ਅਤੇ ਵਿਖਾਏ ਪੜੇ ਨਾ, ਪਰ ਸਾਨੂੰ ਪਸੰਦ ਨਹੀਂ ਇਹ, ਇਹ ਥੋੜ੍ਹੇ ਪੁਰਾਣੇ ਜਿਹੇ ਲੱਗਣ ਡੇ ਸੀਗੇ ਹੈ ਨਾ, ਅਤੇ ਇਹ ਨਹੀਂ ਵਧੀਆ ਲੱਗੇ ਸਾਨੂੰ ਵੱਡੇ। ਚਲੋ ਉਹਨਾਂ ਵਿਚਾਰਿਆਂ ਨੂੰ ਤਾਂ ਜੋ ਅਸੀਂ ਕਹਿਣ ਡੇ ਸੀ ਉਹ ਕੱਢ ਕੇ ਸਾਨੂੰ ਵਿਖਾਉਣ ਡੇ ਸੀਗੇ ਵੀ ਸ਼ਾਇਦ ਸਾਨੂੰ ਕੋਈ ਪਸੰਦ ਆ ਜੇ, ਪਰ ਪਤਾ ਨਹੀਂ ਕਿਉਂ ਕੋਈ ਵਧੀਆ ਮਨ ਨੂੰ ਜਚਨ ਨਹੀਂ ਸੀਗੇ। ਹਾਂ, ਦੋ ਤਿੰਨ ਉਹਨਾਂ ਨੇ ਵੱਡੇ ਫੁੱਲਾਂ ਵਾਲੇ ਸਾਨੂੰ ਕੱਢ ਕੇ ਦਿੱਤੇ। ਇਹਦੇ ਵਿੱਚੋਂ ਜਿਹੜਾ ਆਹ ਥੋੜ੍ਹਾ ਜਿਹਾ ਸਹੀ ਲੱਗਾ ਸੀਗਾ, ਇਹ ਖਿਲਾ ਕੇ ਅਸੀਂ ਵਿਖਾਇਆ, ਪਰ ਮੈਨੂੰ ਨਹੀਂ ਉਨਾ ਵਧੀਆ ਲੱਗਾ। ਫਿਰ ਕਈ ਵਾਰ ਦੁਕਾਨਦਾਰ ਕੀ ਕਰਦੇ ਆ ਨਾ, ਪਹਿਲੋਂ ਨਹੀਂ ਚੰਗਾ ਵਿਖਾਉਣਗੇ ਸਟੱਫ, ਜਦੋਂ ਉੱਠ ਕੇ ਤੁੰਡ ਲੱਗੋ ਫਿਰ ਵਿਖਾਉਂਦੇ। ਇਹਨਾਂ ਨੇ ਵੀ ਇਤਨਾ ਹੀ ਕੀਤਾ, ਸਾਨੂੰ ਪਸੰਦ ਨਹੀਂ ਆਇਆ, ਫਿਰ ਅਸੀਂ ਆਖਿਆ ਚਲੋ ਦੂਜੀ ਦੁਕਾਨ ਤੋਂ ਵੇਖ ਲੈਂਦੇ। ਜਦੋਂ ਵੇਖਿਆ ਵੀ ਉੱਠ ਕੇ ਤੁੰਡ ਲੱਗਾ ਗਾਹਕ, ਅਤੇ ਫਿਰ ਵੇਖੋ ਕਿੱਡੇ ਸੋਹਣੇ ਸੋਹਣੇ ਕੱਢ ਕੇ ਸਾਨੂੰ ਵਿਖਾਏ। ਇਹਦੇ ਨਾਲ ਵੇਖੋ ਇਹਨਾਂ ਦੇ ਜਿਹੜੇ ਹੈਗੇ ਆ ਨਾ ਸਟੋਲ ਕਹਿ ਲਓ ਜਾਂ ਦੁਪੱਟੇ ਕਹਿ ਲਓ, ਇਹ ਸੈਟਿਨ ਦੇ ਆ, ਤਾਂ ਵੇਖੋ ਕਿੱਡੇ ਵਧੀਆ ਲੱਗਦੇ ਪਏ ਆ, ਇਹ ਸਾਨੂੰ ਪਸੰਦ ਆਏ। ਫਿਰ ਅਤੇ ਇਹ ਕਲਰ ਇਹਨਾਂ ਦੇ ਵਿੱਚ ਤਿੰਨ ਚਾਰ ਸੀਗੇ, ਆਹ ਕਲਰ ਸਾਨੂੰ ਇੱਕ ਪਸੰਦ ਆਇਆ। ਇੱਕ ਕਹਿਣ ਡੇ ਸੀਗੇ ਵੀ ਮਹਿੰਦੀ ਕਲਰ ਜਿਹੜਾ ਉਹ ਬੜੇ ਟ੍ਰੈਂਡ 'ਚ ਵਾ, ਉਹ ਕਲਰ ਵੀ ਇਹਨਾਂ ਨੇ ਸਾਨੂੰ ਵਿਖਾਇਆ। ਇੱਕ ਆਹ ਵੀ ਅੰਕਲ ਨੇ ਕੱਢ ਕੇ ਵਿਖਾਇਆ ਸਾਨੂੰ ਸੂਟ, ਇਹ ਵੀ ਸੋਹਣਾ ਲੱਗਾ ਸਾਨੂੰ। ਇੱਥੋਂ ਹੀ ਅਸੀਂ ਫਿਰ ਦੋ ਤਿੰਨ ਸਿਲੈਕਟ ਕੀਤੇ। ਸਟੋਲ ਵੀ ਕਿੱਡਾ ਸੋਹਣਾ, ਸ਼ੋਲ ਜਿਹੜਾ ਕਹਿ ਦਿੰਦੇ ਉਹ ਵੀ ਬੜਾ ਵਧੀਆ ਸੀਗਾ। ਇੱਕ ਆਹ ਕਲਰ ਵੀ ਬਹੁਤ ਸੋਹਣਾ ਲੱਗਾ ਸਾਨੂੰ। ਉਹ ਕਹਿਣ ਡੇ ਸੀ ਮਹਿੰਦੀ ਕਲਰ ਸਾਈਡ ਤੋਂ, ਬਾਕੀ ਹੋਰ ਵੀ ਸੀਗੇ ਹੈ ਨਾ ਖਰੀਦਦਾਰ, ਕੋਈ ਕੁਛ ਲੈਣ ਡਿਆ ਸੀ, ਕੋਈ ਆਪੋ ਆਪਣੀ ਪਸੰਦ ਦੇ ਸਾਰੇ ਲੈਣ ਡੇ ਸੀ। ਆ ਮਹਿੰਦੀ ਕਲਰ ਦਿਖਾਉਣ ਡੇ ਹੈਗਾ, ਤਾਂ ਇਹ ਵੀ ਬਹੁਤ ਸੋਹਣਾ ਸੀਗਾ, ਪਰ ਇਹ ਮੈਨੂੰ ਉਨਾ ਵਧੀਆ ਨਹੀਂ ਜਚਿਆ, ਮੈਂ ਫਿਰ ਦੂਜੇ ਕਲਰ ਹੀ ਲਏ। ਜਾਣ ਨੂੰ ਤਾਂ ਵੱਡੀਆਂ ਦੁਕਾਨਾਂ 'ਤੇ ਵੀ ਜਾ ਸਕਦੇ ਹਾਂ, ਪਰ ਤੁਹਾਨੂੰ ਪਤਾ ਵੱਡੀਆਂ ਦੁਕਾਨਾਂ ਵਾਲੇ ਨੇ ਫਿਰ ਰੇਟ ਵੀ ਉਨਾ ਹੀ ਲੈਣਾ ਹੁੰਦਾ। ਇਹ ਦੁਕਾਨਾਂ 'ਚ ਤਾਂ ਚਲੋ ਬੰਦਾ ਥੋੜ੍ਹੀ ਜਿਹੀ ਬਾਰਗੇਨਿੰਗ ਵੀ ਕਰ ਲੈਂਦਾ ਵਾ ਹੈ ਨਾ, ਅਤੇ ਵਧੀਆ ਸਟੱਫ ਵੀ ਮਿਲ ਜਾਂਦਾ ਵਾ। ਤਾਂ ਇੱਥੋਂ ਅਸੀਂ ਦੋ ਸੂਟ ਸਿਲੈਕਟ ਕੀਤੇ, ਅਤੇ ਹੁਣ ਉਹਨਾਂ ਨੂੰ ਕਹਿਣ ਨਹੀਂ ਸੀ ਵੀ ਥੋੜ੍ਹੇ ਘਟਾਓ, ਅਤੇ ਉਹ ਘਟਾਉਣ ਨਹੀਂ ਸੀ ਡੇ, ਅਤੇ ਇੱਦਾਂ ਕਾੜ ਕੁੜ ਕੇ ਉਹਨੂੰ ਕਿਹਾ ਵੀ ਇੰਨੇ ਸੂਟ ਲਏ ਆ, ਥੋੜ੍ਹਾ ਤਾਂ ਤੁਸੀਂ ਕਰੋ ਸਾਡੇ ਨਾਲ ਹੈ ਨਾ। ਚਲੋ ਜ਼ਿਆਦਾ ਤਾਂ ਨਹੀਂ, ਥੋੜ੍ਹਾ ਬਹੁਤਾ ਤਾਂ ਤੁਹਾਨੂੰ ਪਤਾ ਘਟਾਇਆ, ਸਾਨੂੰ ਮਨ ਨੂੰ ਥੋੜ੍ਹੀ ਜਿਹੀ ਸ਼ਾਂਤੀ ਜਿਹੀ ਮਿਲ ਜਾਂਦੀ ਵੀ ਭਾਈ ਮੈਂ ਇੰਨੇ ਘੱਟ 'ਚ ਲੈ ਆਉਂਦਾ, ਅਤੇ ਚਲੋ ਅੰਕਲ ਨੇ ਘਟਾ ਤੇ ਥੋੜ੍ਹੇ ਸਾਨੂੰ। ਅਤੇ ਇਹ ਸੀ ਸਾਡੀ ਸ਼ੋਪਿੰਗ, ਅਸੀਂ ਫਿਰ ਲੈ ਕੇ ਸੂਟ ਹੋਰ, ਫਿਰ ਅਸੀਂ ਹੋਰ ਕਿਸੇ ਦੁਕਾਨ 'ਤੇ ਜ਼ਿਆਦਾ ਗਏ ਨਹੀਂ, ਤਾਂ ਇੱਥੋਂ ਲੈ ਲਏ, ਸਾਨੂੰ ਮਨਪਸੰਦ ਦੇ ਮਿਲ ਗਏ ਸੀਗੇ, ਅਤੇ ਲੈ ਕੇ ਫਿਰ ਅਸੀਂ ਆ ਗਏ ਘਰ। ਹੁਣ ਘਰ ਚੱਲ ਕੇ ਤੁਹਾਨੂੰ ਵਿਖਾਉਂਦੇ ਹਾਂ ਵੀ ਕਿਹੜੇ ਕਿਹੜੇ ਸੂਟ ਅਸੀਂ ਲਏ ਆ। ਚਲੋ ਜੀ, ਸਾਡੀ ਤਾਂ ਹੋ ਗਈ ਸ਼ੋਪਿੰਗ। ਤਾਂ ਇਹ ਸੀਗਾ ਮੇਰਾ ਛੋਟਾ ਜਿਹਾ ਵਲੌਗ ਸ਼ੋਪਿੰਗ ਦੇ ਉੱਤੇ। ਜੇ ਤੁਹਾਨੂੰ ਪਸੰਦ ਆਇਆ ਹੋਵੇ ਤਾਂ ਇੱਕ ਲਾਈਕ ਕਰ ਦੇਣਾ, ਅਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦੇਣਾ। ਇਸ ਤਰ੍ਹਾਂ ਦੇ ਹੋਰ ਵੀ ਵਧੀਆ ਵਧੀਆ ਵਲੌਗਸ ਮੈਂ ਤੁਹਾਡੇ ਵਾਸਤੇ ਲੈ ਕੇ ਆਊਂਗੀ, ਅਤੇ ਮੈਨੂੰ ਇੱਦਾਂ ਸਪੋਰਟ ਕਰਦੇ ਰਹੋ। ਅਤੇ ਚਲੋ ਜੀ, ਹੁਣ ਚੱਲਦੇ ਹਾਂ ਘਰ ਨੂੰ, ਅਤੇ ਘਰ ਜਾ ਕੇ ਫਿਰ ਤੁਹਾਨੂੰ ਵਿਖਾਉਂਦੀ ਹਾਂ ਆਹ ਵਾਲੇ ਸੂਟ ਮੈਂ ਲਏ ਸੀਗੇ, ਹੋਪ ਤੁਹਾਨੂੰ ਪਸੰਦ ਆਏ ਹੋਣਗੇ। ਇਹ ਸੀ ਮੇਰੀ ਛੋਟੀ ਜਿਹੀ ਸ਼ੋਪਿੰਗ।
ਸਤਿ ਸ਼੍ਰੀ ਅਕਾਲ।